ਸਾਡੇ ਨਾਲ ਆਏ ਸਰਪੰਚ ਸਾਹਿਬ ਦੀ ਆਕਸੀਜਨ ਦੀ ਪ੍ਰੋਬਲਮ ਹੋ ਗਈ ਉੱਪਰ ਗਲਈ ਸੋਹਣਿਆ ਸਤਿ ਸ੍ਰੀ ਅਕਾਲ ਚੱਲ ਰਿਹਾ ਪੂਰਾ ਅੱਜ ਤਿਲਕਣ ਬੜੀ ਆ ਦੋਸਤੋ ਅੱਜ ਸਾਡੀ ਯਾਤਰਾ ਦਾ ਚੌਥਾ ਤੇ ਮੇਨ ਦਿਨ ਆ ਅੱਜ ਅਸੀਂ ਜਾ ਰਹੇ ਹਾਂ ਜੀ ਦਰਸ਼ਨਾਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਿਨ ਆ 2 ਜੂਨ 2023 ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਤੇ ਫਿਰ ਲੰਗਰ ਛੱਕ ਕੇ ਅਸੀਂ ਤੁਰ ਪਏ ਹਾਂ ਜੀ ਸਵੇਰੇ 7 ਵਜੇ ਆਪਣੀ ਮੰਜ਼ਿਲ ਵੱਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਹੇਮਕੁੰਟ ਸਾਹਿਬ ਤੱਕ ਦਾ ਪੂਰਾ ਰਾਹ ਵਿਖਾਵਾਂਗੇ ਅਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਆ ਯਾਤਰਾ ਦੌਰਾਨ ਤੁਹਾਨੂੰ ਕੀ ਮੁਸ਼ਕਲਾਂ ਪੇਸ਼ ਆ ਸਕਦੀਆਂ ਅਤੇ ਸਾਨੂੰ ਯਾਤਰਾ ਦੌਰਾਨ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਆ ਸੋ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਗੋਬਿੰਦ ਧਾਮ ਤੋਂ 200 ਮੀਟਰ ਆਪਾਂ ਆ ਗਏ ਹਾਂ ਧੁੱਪ ਚੜ੍ਹੀ ਆ ਮੌਸਮ ਬਿਲਕੁਲ ਸਾਫ਼ ਆ ਅੰਦਾਜ਼ਾ ਇਹੋ ਹੀ ਆ ਵੀ 10:15 ਵਜੇ ਆਪਾਂ ਉੱਤੇ ਪਹੁੰਚ ਜਾਵਾਂਗੇ ਜੀ ਹੇਮਕੁੰਟ ਸਾਹਿਬ ਗੋਬਿੰਦ ਧਾਮ ਤੋਂ ਉੱਤੇ ਜਿਹੜਾ ਟਰੈਕ ਆ ਜਾਂ ਪੈਦਲ ਯਾਤਰਾ ਉਹ ਸ਼ੁਰੂ ਹੁੰਦੇ ਬਰਫ਼ ਸ਼ੁਰੂ ਹੋ ਜਾਂਦੀ ਮਤਲਬ ਉਹ ਥੱਲੇ ਬਿਲਡਿੰਗ ਦਿਖ ਰਹੀ ਹੈ ਗੋਬਿੰਦ ਧਾਮ ਨਾਲ ਹੀ ਬਰਫ਼ ਸ਼ੁਰੂ ਹੋ ਗਈ ਪਾਰਾ ਹਾਲਾਂਕਿ ਇੱਥੇ 5-6 ਡਿਗਰੀ 'ਚ ਲੱਗ ਜਾਂਦੇ ਹੈ ਝਰਨਾ ਦੇਖੋ ਦੋਸਤੋ ਇਹ ਝਰਨਾ ਬਰਫ਼ ਦੀ ਜਿਹੜੀ ਚਾਦਰ ਆ ਇਹਦੇ ਥੱਲੋਂ ਦੀ ਵਗ ਰਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਝਰਨਾ ਦਿਖ ਰਿਹਾ ਉਦੋਂ ਬਾਅਦ ਬਰਫ਼ ਦੀ ਚਾਦਰ ਸ਼ੁਰੂ ਹੋ ਜਾਂਦੀ ਹੈ ਥੱਲੇ ਥੱਲੇ ਝਰਨਾ ਜਾ ਰਿਹਾ ਜਿਹਦੇ ਬਰਫ਼ ਦੇ ਥੱਲੋਂ ਦੀ ਵਗ ਰਿਹਾ ਜੂਨਾਂ ਦੇ ਵਿੱਚੋਂ ਆ ਵੀ ਇੱਕ ਜੂਨ ਆ ਇੱਥੇ ਜ਼ਿਆਦਾ ਬਾਰਿਸ਼ ਹੋਣ ਕਰਕੇ ਸਾਲ ਦੇ ਤਕਰੀਬਨ ਹਰ ਮੌਸਮ 'ਚ ਇੱਥੇ ਬਾਰਿਸ਼ ਹੁੰਦੀ ਆ ਅਤੇ ਪੱਥਰਾਂ ਦੇ ਉੱਤੇ ਆ ਦੇਖੋ ਕੋਈ ਜਿਵੇਂ ਕੋਈ ਚੀਜ਼ ਉੱਗੀ ਆ ਜੀ ਮਸ਼ਰੂਮ ਵਰਗੀ ਕੋਈ ਲੱਗਦੀ ਵੇਖਣ 'ਚ ਇੱਕ ਤਰ੍ਹਾਂ ਦੀ ਮਸ਼ਰੂਮ ग्लेशियर कितनी दूर है यहाँ से 1.5 किलोमीटर मतलब 2 किलोमीटर आ गए हम ऊपर गोविंद धाम से ठीक है ਪਹਾੜਾਂ 'ਚ ਕਹਿੰਦੇ ਮੌਸਮ ਬਦਲਣ ਦਾ ਟਾਈਮ ਨਹੀਂ ਲੱਗਦਾ ਸਵੇਰੇ 7 ਵਜੇ ਪੂਰੀ ਧੁੱਪ ਚੜ੍ਹੀ ਸੀ ਅਤੇ 9:45 ਹੁੰਦਿਆਂ ਬੱਦਲਬਾਈ ਹੋ ਗਈ ਹੈ ਮੌਸਮ ਕਦੀ ਵੀ ਖਰਾਬ ਹੋ ਸਕਦਾ ਅਸੀਂ ਅਜੇ ਵੀ 3 ਕਿਲੋਮੀਟਰ ਦੂਰ ਹਾਂ ਹੇਮਕੁੰਟ ਸਾਹਿਬ ਤੋਂ ਅਤੇ ਕੋਸ਼ਿਸ਼ ਇਹ ਹੋਆ ਕਿ ਜਲਦੀ ਤੋਂ ਜਲਦੀ ਆਪਾਂ ਉੱਥੇ ਪਹੁੰਚ ਜਾਈਏ ਕੱਲ੍ਹ ਵਾਲੀਆਂ ਉਹ ਪਹਾੜੀਆਂ ਜੀ ਜਿਹੜੀਆਂ ਥੱਲੋਂ ਦਿਖਦੀਆਂ ਜੀ ਚਿੱਟੀਆਂ ਚਿੱਟੀਆਂ ਜੀ ਆ ਗਈ ਲੱਗ ਗਈਆਂ ਆ ਗਈਆਂ ਆਪਾਂ ਆਲਮੋਸਟ 3 ਕਿਲੋਮੀਟਰ ਆ ਗਏ ਜੀ ਆਹ ਥੱਲੇ ਸਾਹਮਣੇ ਦੇਖੇ ਤਾਂ ਫਿਰ ਆਹ ਗੋਬਿੰਦ ਧਾਮ ਰਹਿ ਗਿਆ ਜੀ ਯਾਤਰਾ ਕੰਟੀਨਿਊਸ
राज खाण पीन वाली दुकाना उपर तक है ग्लेशियर तक। खाण पीन वास्ते मैगी, परौंठे, पानी, चाह, कॉफी, कोल्ड ड्रिंक ते होर सारा कुछ, सब कुछ इत्थे मिलता जी। ग्लेशियर शुरू हो गया, देखो जी पौड़ियां बनियां, बर्फ जमी उत्थे। आ देखो जी दो रस्ते ने इत्थे, एक पौड़ियां वाला, पौड़ियां वाले रस्ते ते आपां आए जी। शॉर्टकट जरूर है पर जोर बुरा लगता, क्यों भाजी? बड़ा जोर लगता। स्नोफॉल भी हो रही है थोड़ी थोड़ी, निके निके कण है जी वो जी। ओ तगड़े जे, इधर देखो, इधर 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 पहुंच चले जी। सामने निशान साहब आ गया, चलो 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 तूफान चल रहा पूरा। साड़ी वेखद्या वेखद्या मौसम एकदम बदल गया, चारे पासे बर्फ तो अलावा होर कुछ भी विखाई नहीं दे रहा। बर्फ का तूफान पूरी तेजी नाल चल रहा है, तो सानू हुणे होई आ कि असी जल्दी तो जल्दी उपर गुरद्वारा साहब मत्था टेक के ते वापसी करिए, क्योंकि जिहड़े इत्थों दे लोकल लोग आ उह कह रहे आ कि मौसम बहुत ज़्यादा खराब आ ते हो सकदा अज सारा दिन बर्फ पैंदी रहे। कुछ भी नहीं दिख रहा, ऑक्सीजन बिल्कुल लो है जी, पानी दे आसरे जी बसी मरदी बर्फ च सारे बर्फ गिर रखी है। अच्छा परेशान उतरने वाला औखा होगा, यही सी उतरना पड़ेगा। अच्छा इधर भी कितनी सीढ़ियां टुट रही, 1120 सीढ़ियां। बहुत बुरा हाल है, सवाल भी आ गया कि बहुत बुरा। सही गल है, जिदा सुनिया बुरा हाल है, ज्यादा। देखो जी आ गुरुद्वारा साहब का राह आ, देखो 15-15 फुट बर्फ जमी है, बर्फ साफ करके राह बनाया। आ देखो आ राह है जी, वाला जिहड़ा दूसरा राह, एक तो आ गया पौड़ियां वाला, आ पौड़ियां राह गया, आ दूजा राह गया जी। ये दोवें रस्ते इत्थे मिलते हैं, इत्थों अगे अभी चल पे जी। देखो जी गुरुद्वारा साहब दर्शन करो, पहुँच गए जी गुरुद्वारा साहब, लो जी हम सू जी। बस जिनी छेती हो सकता इनान करके मत्था टेक के वापसी ना जाना, क्योंकि ज्यादा तो ज्यादा रुकन नहीं देंगे, इतने सू वापस जाना मैडम नाल दाल ही। देखो जी तिलकन बड़ी है, तो बस ये ध्यान रखना भी पैर जमा के, बस बस। तो बाबा जी किन्ने बजे समाप्ति कबाड़ किन्ने बजे बंद कर दें? निशान साहब लगे नी जिथे, आ गुरुद्वारा साहब आ गया।
ਸਨਾਨ ਕਰਨਾ ਜੀ ਪਹਿਲਾਂ ਕੱਪੜੇ ਬਦਲਣ ਲਈ ਇੱਥੇ ਵੱਖਰਾ ਇੱਕ ਸ਼ੈੱਡ ਬਣਿਆ ਹੋਇਆ ਇੱਥੇ ਨਾਲ ਰੈਕ ਵੀ ਬਣੇ ਆ ਆਪਣਾ ਬਾਕੀ ਸਮਾਨ ਅਤੇ ਕੱਪੜੇ ਰੱਖਣ ਲਈ ਵਿੱਚ ਵੜ ਜਾ ਵਿੱਚ ਚੰਗੀਆਂ ਬੁਰੀਆਂ ਵਚੈ ਧਰਮ ਹੈ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤਿਆਰਿਆ ਗਏ ਮਸਤ ਤੁਰਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਆਉਣ ਵਾਲੀ ਸਾਰੀ ਸੰਗਤ ਨੂੰ ਇੱਥੇ ਕੰਬਲ ਦਿੱਤੇ ਜਾਂਦੇ ਆ ਬਹਿਣ ਵਾਸਤੇ ਤਾਂ ਕਿ ਸਾਰੇ ਨਿੱਘੇ ਹੋ ਕੇ ਬਹਿ ਸਕਣ ਕਿਉਂਕਿ ਠੰਡ ਇੱਥੇ ਕਾਫੀ ਰਹਿੰਦੀ ਆ ਤਾਪਮਾਨ -10-11 ਡਿਗਰੀ ਦੇ ਲਾਗੇ ਤਾਗੇ ਚੱਲ ਜਾਂਦਾ ਅੱਜ ਦਾ ਤਾਪਮਾਨ ਵੀ ਇੱਥੇ -11 ਡਿਗਰੀ ਹੈ ਇਸ ਵੇਲੇ ਹਾਰ ਬਖਸ਼ਲ ਨਾਨਕ ਪਾਰ ਉਤਾਰ ਗੁਰਦੁਆਰਾ ਦੀ ਸਮਾਪਤੀ ਹੋ ਗਈ ਹੈ ਹੁਣ ਅਰਦਾਸ ਬੇਨਤੀ ਨਹੀਂ ਹੋਏਗੀ ਨਾ ਹੀ ਕੀਰਤਨ ਹੋਏਗਾ ਸੋ ਆਪ ਜੀ ਸਮੇਂ ਸਿਰ ਆਪ ਗੁਰਦੁਆਰਾ ਗੋਬਿੰਦ ਧੰਨ ਸਾਹਿਬ ਜਾਣੇ ਪਾਉਣ ਦੀ ਕਿਰਪਾਲਤਾ ਕਰੋ ਜੀ ਬੇਨਤੀ ਪ੍ਰਵਾਨ ਕਰੋ ਸੇਵਾਦਾਰਾਂ ਨੂੰ ਬੇਨਤੀ ਹੈ ਇੱਥੇ ਆਪ ਜੀ ਦੀ ਸੇਵਾ ਲੱਗੀ ਹੈ ਲੰਗਰ ਹਾਲ 'ਚ ਜਾਂ ਸਰੋਵਰ ਸਾਹਿਬ ਦੇ ਨੇੜੇ ਜਿੰਨੀ ਵੀ ਸੰਗਤ ਭਾਈ ਗੁਰਮੁਖ ਪਿਆਰੇ ਹੋ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਬੇਨਤੀ ਕਰੋ ਕਿ ਸਮੇਂ ਸਿਰ ਗੁਰਦੁਆਰਾ ਗੋਬਿੰਦ ਧੰਨ ਸਾਹਿਬ ਨੂੰ ਚਲੇ ਪਾਓ ਦੁਆਨਾ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਇੱਥੇ ਖਿਚੜੀ ਅਤੇ ਚਾਹ ਦਾ ਲੰਗਰ ਹਰ ਟਾਈਮ ਵਰਤਦਾ ਰਹਿੰਦਾ ਜੀ ਖਿਚੜੀ ਦਾ ਇੱਕ ਮੇਨ ਕਾਰਨ ਇਹ ਵੀ ਆ ਕਿ ਡਾਕਟਰ ਕਹਿੰਦੇ ਆ ਕਿ ਇੱਥੇ ਜਿੰਨਾ ਲਾਈਟ ਖਾਓਗੇ ਉਹਨਾਂ ਵਧੀਆ ਰਹੋਗੇ ਜਿਹੜੀ ਚੀਜ਼ ਛੇਤੀ ਪਚ ਜਾਂਦੀ ਆ ਉਹ ਸਭ ਤੋਂ ਵਧੀਆ ਇੱਥੇ ਗੁਰਦੁਆਰਾ ਸਾਹਿਬ ਤੋਂ ਲੰਗਰ ਛੱਕ ਕੇ ਅਸੀਂ ਵਾਪਸੀ ਦੀ ਤਿਆਰੀ ਕਰ ਲਈ ਕਿਉਂਕਿ ਬਰਫ਼ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਹੋਰ ਰੁਕ ਨਹੀਂ ਸੀ ਸਕਦੇ ਬਰਫ਼ ਕਰਕੇ ਤਿਲਕਣ ਇੰਨੀ ਜ਼ਿਆਦਾ ਸੀ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦਿਆਂ ਆਉਂਦਿਆਂ ਹੀ ਅਸੀਂ 3-4 ਵਜੇ ਡਿੱਗ ਪਏ ਅਤੇ ਸਾਨੂੰ ਇੱਥੇ ਕਿਸੇ ਨੇ ਦੱਸਿਆ ਕਿ ਜੇ ਬੂਟਾਂ ਦੇ ਉੱਪਰੋਂ ਦੀ ਇੱਦਾਂ ਜਰਾਬਾਂ ਪਾ ਲਈਏ ਤਾਂ ਫਿਰ ਗ੍ਰਿਪ ਜਿਹੜੀ ਆ ਬਰਫ਼ ਦੇ ਉੱਤੇ ਕਾਫੀ ਵਧੀਆ ਬਣ ਜਾਂਦੀ ਹੈ ਸੋ ਅਸੀਂ ਸਾਰੇ ਇੱਥੇ ਬੂਟਾਂ ਦੇ ਉੱਤੇ ਜਰਾਬਾਂ ਪਾ ਕੇ ਅਤੇ ਹੁਣ ਅੱਗੇ ਦੀ ਤਿਆਰੀ ਕਰ ਲਈਏ ਆਹ ਸਾਰੇ ਲੋਕ ਜਿਹੜੇ ਇੱਥੇ ਖੜ੍ਹੇ ਤੁਸੀਂ ਵੇਖ ਸਕਦੇ ਹੋ ਇਹ ਵੀ ਸਾਰੇ ਜਰਾਬਾਂ ਹੀ ਖਰੀਦ ਰਹੇ ਨੇ ਪੂਰਾ ਤੂਫਾਨ ਇੱਕ ਤਰ੍ਹਾਂ ਦਾ ਅਤੇ ਬਰਫ਼ ਸ਼ੁਰੂ ਹੋ ਗਈ ਸੀ ਤਕਰੀਬਨ 10 ਵਜੇ ਤੇ ਹੁਣ 4-5 ਘੰਟੇ ਹੋ ਗਏ ਬਰਫ਼ ਪੈਂਦੀ ਨੂੰ ਨਿਕਲਣਾ ਪੈਣਾ ਕਿਉਂਕਿ ਮੌਸਮ ਹੋਰ ਵੀ ਖਰਾਬ ਹੋ ਰਿਹਾ ਜਾਂਦਿਆਂ ਅਸੀਂ ਪੌੜੀਆਂ ਵਾਲੇ ਰਸਤੇ ਥਾਣੀ ਗਏ ਸੀ ਅਤੇ ਵਾਪਸੀ ਅਸੀਂ ਲੌਂਗ ਰੂਟ ਥਾਣੀ ਆ ਰਹੇ ਹਾਂ ਇਹ ਰਾਹ ਉਹਦੇ ਨਾਲੋਂ ਵਧੀਆ ਅਤੇ ਬਿਲਕੁਲ ਗਲੇਸ਼ੀਅਰ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਸਾਡੇ ਵੱਲੋਂ ਜਾਣ ਵਾਲਿਆਂ ਲਈ ਇਹੋ ਸਲਾਹ ਹੈ ਕਿ ਪੌੜੀਆਂ ਨਾਲੋਂ ਇਹ ਵਾਲਾ ਰਾਹ ਵਰਤਿਆ ਜਾਵੇ ਕਿਉਂਕਿ ਪੌੜੀਆਂ ਚੜ੍ਹਦਿਆਂ ਥਕਾਵਟ ਜ਼ਿਆਦਾ ਹੁੰਦੀ ਆ ਅਤੇ ਜੇ ਥਕਾਵਟ ਜ਼ਿਆਦਾ ਹੋਏਗੀ ਤਾਂ ਟਾਈਮ ਵੀ ਜ਼ਿਆਦਾ ਲੱਗੂਗਾ ਸੋ ਇਹ ਰਾਹ ਵਧੀਆ ਬਾਕੀ ਸਾਡਾ ਇਹ ਮੰਨਣਾ ਸੀ ਕਿ ਜੇ ਆਪਾਂ ਹੁਣ ਪੈਂਦੀ ਬਰਫ਼ ਦੇ ਵਿੱਚ ਉੱਧਰ ਉਤਰਾਂਗੇ ਅਤੇ ਉੱਧਰ ਤਿਲਕਣ ਜ਼ਿਆਦਾ ਹੋਣ ਕਰਕੇ ਕੋਈ ਹਾਦਸਾ ਜਾਂ ਫਿਰ ਕੋਈ ਸੱਟ ਫੇਟ ਲੱਗ ਸਕਦੀ ਆ ਤਾਂ ਕਰਕੇ ਅਸੀਂ ਇਹ ਰਾਹ ਚੁਣਿਆ
ਸਿੱਧਾ ਸਾਹਮਣੇ ਮੂੰਹ ਤੇ ਪੈ ਰਹੀ ਹੈ ਜੀ ਸਾਨੂੰ ਬਰਫ਼ ਜਿੱਦਾਂ ਨਾ ਮੂੰਹ ਦੇ ਸਾਹਮਣੇ ਉਹ ਹਵਾ ਚੱਲ ਰਹੀ ਹੈ ਉਹਦੇ ਨਾਲ ਨਾਲ ਬਰਫ਼ ਜਿਹੜੀ ਹੈ ਸਿੱਧੀ ਮੂੰਹ 'ਤੇ ਵੱਜ ਰਹੀ ਹੈ ਮੂੰਹ ਥੱਲੇ ਰੱਖ ਕੇ ਚੱਲਣਾ ਪੈ ਰਿਹਾ ਆ ਦੇਖੋ ਜਿਵੇਂ ਆ ਜੀ ਆ ਜਿਵੇਂ ਦੇਖੋ ਆ ਸੰਗਰੂਰ ਵਾਲੇ ਕਰ ਰਹੇ ਨੇ ਏਦਾਂ ਬਿਲਕੁਲ ਨੀ ਕਰਨਾ ਇੱਥੇ ਆ ਕੇ ਆ ਦੇਖੋ ਜੀ ਇਹਨਾਂ ਨੇ ਜਰਾਬਾਂ ਪਾਈਆਂ ਕਿਹੜੀ ਦਿਖਾਇਆ ਇੱਥੇ ਲਾ ਕੇ ਜਦੋਂ ਪੈਰ ਪੁੱਟਦੇ ਆ ਪੈਰ ਜੁੜਦਾ ਨਾ ਨਾਲ ਆਵਾਜ਼ ਹੀ ਹੁੰਦੀ ਇੱਥੇ ਇੱਥੇ ਲਾ ਇੱਥੇ ਹਾਂ ਆ ਦੇਖੋ ਆਵਾਜ਼ ਹੁੰਦੀ ਹੈ ਹੈਲੋ ਗਾਈਜ਼ ਫੋਲੋ ਐਂਡ ਸਬਸਕ੍ਰਾਈਬ ਇਸ ਮੌਸਮ ਦੀ ਅੱਜ ਸਭ ਤੋਂ ਵੱਧ ਬਰਫ਼ਬਾਰੀ ਹੋਈ ਆ ਜਿਹੜੀ ਜਗ੍ਹਾ 'ਤੇ ਪਹਿਲਾਂ ਨਹੀਂ ਵੀ ਸੀ ਬਰਫ਼ ਪਈ ਹੁਣ ਉੱਥੇ ਵੀ ਪੈ ਗਈ ਹੈ ਜਿੱਦਾਂ ਅਸੀਂ ਹੁਣ ਜਿਹੜੀ ਜਗ੍ਹਾ 'ਤੇ ਖੜ੍ਹੇ ਹਾਂ ਇੱਥੇ ਵੀ ਜਾਣ ਟਾਈਮ ਬਰਫ਼ ਨਹੀਂ ਸੀ ਨਜ਼ਾਰਾ ਬਾਕੀ ਆਹ ਤਸਵੀਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਬਰਫ਼ਬਾਰੀ ਹੋਈ ਬਰਫ਼ ਅਜੇ ਵੀ ਪੈ ਰਹੀ ਹੈ ਥੋੜ੍ਹੀ ਵਿੱਚੋਂ ਘੱਟ ਹੋਈ ਸੀ ਥੋੜ੍ਹੀ ਜਿਹੀ ਫਿਰ ਤੇਜ਼ ਹੋ ਗਈ ਅਤੇ ਬਰਫ਼ ਅਜੇ ਵੀ ਲਗਾਤਾਰ ਪੈ ਰਹੀ ਹੈ ਆਹ ਜਗ੍ਹਾ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਥੇ ਸਵੇਰੇ ਬਿਲਕੁਲ ਵੀ ਬਰਫ਼ ਨਹੀਂ ਸੀ ਇਹ ਸਾਰੀ ਬਰਫ਼ ਹੁਣ ਪਈ ਹੈ ਸਾਡੇ ਨਾਲ ਆਏ ਸਰਪੰਚ ਸਾਹਿਬ ਦੀ ਆਕਸੀਜਨ ਦੀ ਪ੍ਰੋਬਲਮ ਹੋ ਗਈ ਉੱਪਰ ਹੁਣ ਪਹਿਲਾਂ ਤਾਂ ਅਸੀਂ ਕਹੀਏ ਵੀ ਚੱਲ ਸਰ ਜੂਗਾ ਕਿਉਂਕਿ ਇੱਕ ਥੱਲੇ ਤੁਰਨ ਲੱਗਿਆ ਇੱਕ ਆਕਸੀਜਨ ਸਿਲੰਡਰ ਵੀ ਦਿੱਤਾ ਸੀ ਨਾਲ ਉਹਨਾਂ ਨੇ ਕਿਉਂਕਿ ਆਕਸੀਜਨ ਦੀ ਰਾਤ ਕੱਲ੍ਹ ਰਾਤ ਵੀ ਘਟੀ ਸੀ ਅਤੇ ਡਾਕਟਰ ਨੇ ਇੱਕ ਆਕਸੀਜਨ ਸਿਲੰਡਰ ਨਾਲ ਦਿੱਤਾ ਸੀ ਵੀ ਯੂਜ਼ ਕਰ ਲਈ ਲੋੜ ਪਊ ਜਿੱਥੇ ਵਰਤ ਲਈ ਹੁਣ ਵਰਤ ਤਾਂ ਲਿਆ ਉਹ ਉੱਤੇ ਉੱਤੇ ਜਦੋਂ ਬਰਫ਼ ਦਾ ਤੂਫਾਨ ਚੱਲਦਾ ਉਦੋਂ ਵਰਤਿਆ ਗਿਆ ਉਹ ਪਰ ਥੱਲੇ ਆਉਂਦਿਆਂ ਦਾ ਸਿਰ ਦੁਖਣ ਲੱਗ ਗਿਆ ਤਾਂ ਠੰਡ ਲੱਗਣ ਲੱਗੀ ਆਕਸੀਜਨ ਆਕਸੀਮੀਟਰ ਅਸੀਂ ਕੁਦਰਤੀ ਨਾਲ ਲੈ ਕੇ ਆਏ ਸੀ ਉਹ ਆਕਸੀਜਨ ਚੈੱਕ ਕੀਤੀ ਹੈ ਉਹ 70-75 ਦੇ ਲੱਗ ਜਾ ਕੇ ਚੱਲਿਆ ਵੀ ਨਹੀਂ ਜਾ ਰਿਹਾ ਤਾਂ ਕਰਕੇ ਫਿਰ ਉਹਨੂੰ ਪਿੱਠੂ 'ਤੇ ਲੈ ਕੇ ਜਾ ਰਹੇ ਹਾਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਜਦੋਂ ਵੀ ਕਿਤੇ ਆਓ ਇਹੋ ਜਿਹੀ ਯਾਤਰਾ 'ਤੇ ਕਿਉਂਕਿ ਕਈ ਵਾਰੀ ਨਾ ਬੰਦਾ ਉੱਦਾਂ ਹੀ ਇਗਨੋਰ ਕਰ ਦਿੰਦਾ ਉਹ ਚੱਲ ਕੋਈ ਗੱਲ ਨਹੀਂ ਚੱਲ ਜਾਣਾ ਬਸ ਪਹੁੰਚ ਗਏ ਪਰ ਕਿਸੇ ਦੀ ਹਾਲਤ ਸੀਰੀਅਸ ਹੋ ਸਕਦੀ ਹੈ ਮੈਡੀਕਲ ਐਮਰਜੈਂਸੀ ਕਰਕੇ ਆਪਾਂ ਇਸ ਤੋਂ ਬਾਅਦ ਹੋਰ ਕੋਈ ਵੀਡੀਓ ਨਹੀਂ ਬਣਾਈ ਸ਼ਾਮ ਦੇ ਤਕਰੀਬਨ 6 ਵਜੇ ਅਸੀਂ ਥੱਲੇ ਪਹੁੰਚ ਗਏ ਸੀ ਥੱਲੇ ਜਾ ਕੇ ਅਸੀਂ ਪਹਿਲਾਂ ਡਿਸਪੈਂਸਰੀ 'ਚ ਚੈੱਕ ਕਰਾਇਆ ਅਤੇ ਫਿਰ ਉਸ ਤੋਂ ਬਾਅਦ ਕਮਰਾ ਲੈ ਕੇ ਅਤੇ ਰੈਸਟ ਕੀਤੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਬਾਕੀ ਕੁਛ ਜਾਣਕਾਰੀ ਵੀਡੀਓ ਦੇ ਵਿੱਚ ਅਗਲੇ 2 ਮਿੰਟਾਂ ਦੇ ਵਿੱਚ ਵੀ ਹੈਗੀ ਆ ਜੇ ਵੀਡੀਓ ਤੁਸੀਂ ਇੱਥੋਂ ਤੱਕ ਦੇਖ ਲਈ ਆ ਤਾਂ ਅਗਲੇ 2 ਮਿੰਟ ਵੀ ਪਲੀਜ਼ ਜ਼ਰੂਰ ਦੇਖਿਓ ਬਾਕੀ ਆਪਣੇ ਸੁਝਾਅ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਤੁਸੀਂ ਕਿਸੇ ਜਗ੍ਹਾ ਦੀ ਵੀਡੀਓ ਚਾਹੁੰਦੇ ਹੋ ਕਿ ਅਸੀਂ ਪਾਈਏ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਇਹ ਸਾਡੀ ਲਾਸਟ ਵੀਡੀਓ ਹੈ ਡੇ 5 ਦਾ ਵੈਸੇ ਤੁਹਾਨੂੰ ਦੱਸ ਦਿੰਦੇ ਹਾਂ ਕਿ 5ਵੇਂ ਦਿਨ ਅਸੀਂ ਗੋਬਿੰਦ ਧਾਮ ਤੋਂ ਸਿੱਧਾ ਗੋਬਿੰਦ ਘਾਟ ਜਾ ਕੇ ਉੱਥੇ ਆਪਾਂ ਸਟੇਅ ਨਹੀਂ ਕੀਤਾ ਅਤੇ ਸਿੱਧਾ ਅਸੀਂ ਉੱਥੋਂ ਗੱਡੀ ਲੈ ਕੇ ਵਾਪਸ ਰਿਸ਼ੀਕੇਸ਼ ਆ ਗਏ ਅਤੇ ਸਰਪੰਚ ਸਾਹਿਬ ਦੀ ਗੱਲ ਕਰੀਏ ਅਤੇ ਸਿਹਤ ਉਹਨਾਂ ਦੀ ਥੱਲੇ ਜਾ ਕੇ ਬਿਲਕੁਲ ਠੀਕ ਹੋ ਗਈ ਸੀ ਡਿਸਪੈਂਸਰੀ 'ਚੋਂ ਥੋੜ੍ਹਾ ਟਾਈਮ ਆਕਸੀਜਨ ਲਵਾ ਕੇ ਅਤੇ ਰੈਸਟ ਕਰਕੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੋ ਗਈ ਵੀਡੀਓ ਵੇਖਣ ਲਈ ਅਤੇ ਸਾਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹਾਈ ਅਲਟੀਟਿਊਡ ਹੈ ਅਤੇ ਤਾਪਮਾਨ ਬਹੁਤ ਘੱਟ ਆ ਆਕਸੀਜਨ ਦੀ ਕਮੀ ਇੱਥੇ ਤਕਰੀਬਨ ਹੋ ਜਾਂਦੀ ਹੈ ਭਾਵੇਂ ਕੋਈ ਜਿੰਨਾ ਮਰਜ਼ੀ ਕਵੇ ਜੀ ਮੈਂ ਘਰ 'ਚ ਕੰਮ ਕਰਦਾ ਇੰਨਾ ਕਰਦਾ ਉੱਦਾਂ ਕਰਦਾ ਅਤੇ ਜੇ ਕੋਈ ਲੱਗੇ ਤੁਹਾਨੂੰ ਕੋਈ ਸੀਰੀਅਸ ਗੱਲ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਲੱਗੇ ਇੱਕ ਜਿਹੜਾ ਸਿਮਟਮ ਆ ਆਕਸੀਜਨ ਦੀ ਕਮੀ ਦਾ 1-2 ਜਿਹੜੇ ਸਿਮਟਮ ਆ ਉਹ ਹੈ ਜੀ ਇੱਕ ਸਭ ਤੋਂ ਪਹਿਲਾਂ ਤਾਂ ਸਿਰ ਦੁਖਣ ਲਾ ਦਿੰਦਾ ਆਕਸੀਜਨ ਦੀ ਕਮੀ ਸਭ ਤੋਂ ਪਹਿਲਾਂ ਸਿਰ ਦੁਖਣ ਲਾ ਦਿੰਦੀ ਆ
फिर हौली हौली शरीर भी ठंडा होने लग जाता, जिदा ठंड लगन लग जाती। एक बड़ा वधिया इहदा मंत्र है कह लो ऑक्सीजन की कमी नू ना होण देण लई, वह है जी जे तुसी पानी फ्रीकुएंटली लगातार पी जाओ ना, जिदा कह लो कि 10-10 मिनट बाद एक सिप लै लिया, बस सिर्फ एक घुट पानी पीना जिन्ना तुहाडा अंदरों थोड़ा तालू गिला हो जाए, तो तुहानू पी के उस वेले महसूस ही होगा तुहाडे थोड़ी जान आई है। मतलब कि जिहड़ा वातावरण तो सानू जे हवा तो ऑक्सीजन नहीं मिलती तो वो जिहड़ी ऑक्सीजन की कमी है असी कोशिश करनी है भी पानी तो पूरी करिए। सो ये भी एक ध्यान रखने योग गल है, जदों तुसी इत्थे आउंदे जां किसी होर भी जगह जाते हो कोई ज़्यादा ऊंचाई वाली जगह पर, जिदा लेह लद्दाख हो गया उधर भी ऑक्सीजन तकरीबन घट जाती है, या कश्मीर वाली साइड जाने। सो ये चीज़ों का बहुत ध्यान रखना चाहिए।